ਹਾਂਜੀ ਅਸੀਂ ਰਾਜਪੁਰੇ ਤੋਂ ਆਏ ਹਾਂ ਅਤੇ ਸਾਨੂੰ ਪਤਾ ਲੱਗਿਆ ਸੀ ਕਿਸੇ ਤੋਂ ਵੀ ਉੱਥੇ ਮੇਲਾ ਲੱਗਿਆ ਹੋਇਆ ਅਤੇ ਚਲੋ ਰਾਜਪੁਰੇ ਤੋਂ ਅਸੀਂ ਵੇਖਣ ਆਏ ਅਤੇ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਹੈ ਨਾ ਅਤੇ ਅਜੇ ਕਾਫੀ ਦੁਕਾਨਾਂ ਬਹੁਤ ਬੰਦ ਪਈਆਂ ਨੇ ਅਤੇ ਹੁਣ ਹੋਰ ਘੰਟਾ ਅਸੀਂ ਰੁਕਾਂਗੇ ਉਸ ਤੋਂ ਬਾਅਦ ਫਿਰ ਵਾਪਸੀ ਕਰਾਂਗੇ ਰਾਜਪੁਰੇ ਨੂੰ ਫਿਲਹਾਲ ਤਾਂ ਅਸੀਂ ਵੇਖ ਰਹੇ ਹਾਂ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਦੂਰ ਲੱਗੀ ਜਾਂਦੇ ਮਹਾਰਾਜ ਜੋ ਕੁੱਲੂ ਮਨਾਲੀ ਕਲਾਂਗ ਰਤਾਂਗ ਸ਼ਿਮਲਾ ਮਾਸੂ ਗੁੰਮਾ ਰੋੜੂ ਵੰਜਾਰ ਕੁਥਾ ਹਜ਼ੂਰ ਸਾਹਿਬ ਨਾਨਕ ਚੀਰਾ ਸਾਹਿਬ ਬੜੀ ਬੜੀ ਦੂਰ ਜਾਈਦੇ ਮਹਾਰਾਜ ਮੇਲੇ ਲਾਉਣ ਵਾਸਤੇ ਹਾਂਜੀ ਹਾਂਜੀ ਬਹੁਤ ਵਧੀਆ ਮਹਾਰਾਜ ਹਾਂਜੀ ਹਾਂਜੀ ਬਟਾਲੇ ਵਾਲੀ ਜੀ ਹਾਂਜੀ ਹਾਂਜੀ ਹੋਰ ਵੀ ਤੁਹਾਡਾ ਸ਼ਹਿਰ ਬਹੁਤ ਵਧੀਆ ਵਾ ਬੱਸ ਸਟੈਂਡ ਵੀ ਇੱਕ ਨੰਬਰ ਬਣਿਆ ਵਾ ਇੰਨਾ ਵਧੀਆ ਬਾਥਰੂਮ ਸਾਰਾ ਕੁਛ ਬਹੁਤ ਵਧੀਆ ਸੁਵਿਧਾ ਮਿਲੀ ਸਾਨੂੰ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਈ ਕਮੇਟੀ ਘਰ ਦੀਆਂ ਟੂਟੀਆਂ ਚੱਲ ਰਹੀਆਂ 24 ਘੰਟੇ ਨਹਾਉਣ ਧੋਣ ਦੀ ਵਿਵਸਥਾ ਹੈ ਸਾਨੂੰ ਕੋਈ ਦਿੱਕਤ ਨਹੀਂ ਇੱਥੇ ਆਈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅਤੇ ਅਸੀਂ ਇੱਥੇ ਮੇਲਾ ਦੇਖਣ ਆਏ ਜੇ ਕਿ ਸਾਡੇ ਸ਼ਹਿਰ ਵਿੱਚ ਲੱਗਿਆ ਹੈ ਉਰੇ ਇੱਦਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਨੇ ਤਾਂ ਕਿ ਅਸੀਂ ਘੁੰਮ ਸਕੀਏ ਅਤੇ ਇੰਜੋਏ ਕਰ ਸਕੀਏ ਅੱਜ ਕੱਲ੍ਹ ਕਿਉਂਕਿ ਕਰੋਨਾ ਤੋਂ ਬਾਅਦ ਇਹ ਮੇਲਾ ਬਹੁਤ ਸਾਰਾ ਟਾਈਮ ਬਾਅਦ ਲੱਗਿਆ ਹੈ ਅਤੇ ਅਸੀਂ ਬਹੁਤ ਇੰਜੋਏ ਕਰ ਰਹੇ ਇੱਥੇ ਉਹਨਾਂ 'ਚ ਲੋਕ ਨਾ ਮਤਲਬ ਕਿ ਸਟ੍ਰੈਸ ਹੋ ਗਏ ਸੀਗੇ ਜਿਹਦੇ ਕਰਕੇ ਆ ਉਹਨਾਂ ਲਈ ਬੈਟਰ ਚਾਂਸ ਮਿਲਿਆ ਉਹਨਾਂ ਨੂੰ ਇੰਜੋਏ ਕਰਨ ਦਾ ਅਤੇ ਬਾਹਰ ਨਿਕਲਣ ਦਾ ਘੁੰਮਣ ਦਾ ਫੈਮਿਲੀ ਨਾਲ ਆਓ ਅਤੇ ਆਪਣੇ ਯਾਰਾਂ ਵੈਲੀਆਂ ਨਾਲ ਆਓ ਅਤੇ ਇੰਜੋਏ ਕਰੋ ਮੇਲਾ ਜੀ ਗੋਬਿੰਦਗੜ੍ਹ ਤੋਂ ਆਈ ਹਾਂ ਡਿੰਪਲ ਨਾਮ ਹੈ ਮੇਰਾ ਅਤੇ ਬਹੁਤ ਅੱਛਾ ਕੀਤਾ ਹੋਇਆ ਇੱਥੇ ਡਰ ਬਹੁਤ ਲੱਗਿਆ ਉਹ ਤੇ ਬੈਠੇ ਸੀ ਚੰਡੋਲ ਦੇ ਵਿੱਚ ਬਹੁਤ ਜ਼ਿਆਦਾ ਡਰ ਲੱਗਿਆ ਚੱਲ ਲਓ ਖਾਓ ਪੀਓ ਆਪਦਾ ਚਲੇ ਜਾਓ ਚੂਲੇ ਲੈ ਕੇ ਕੋਈ ਫਾਇਦਾ ਨਹੀਂਗਾ ਉਹੀ ਤੁਹਾਨੂੰ ਬਿਨਾਂ ਗੱਲੋਂ ਰੱਬ ਦਿਖ ਜਾਂਦਾ ਕੰਬਲ ਆ ਜਾਂਦਾ ਮਾੜਾ ਤੀੜਾ ਬੰਦਾ ਨਹੀਂ ਚੜ੍ਹ ਸਕਦਾ ਸਾਡੇ ਵਰਗੇ ਦਾ ਚਲੋ ਸਰਵਾਈਵ ਕਰਕੇ ਔਖਾ ਹੁੰਦਾ ਬਾਈ ਬਹੁਤ ਔਖਾ ਹੁੰਦਾ ਇੰਜੋਏ ਦਿੱਤਾ ਜੀ ਜੀ ਉਰੇ ਜੰਪਿੰਗ ਦਿੱਤੀ ਝੂਲਿਆਂ 'ਤੇ ਬੈਠੇ ਜੀ ਵਾਟਰਸ਼ਿਪ 'ਤੇ ਇੰਜੋਏ ਦਿੱਤਾ ਜੀ ਬਹੁਤ ਇੰਜੋਏ ਦਿੱਤਾ ਜੀ ਅਸੀਂ ਅਸੀਂ ਲੋਕ ਨੇ ਕਾਲਜ ਸਟੂਡੈਂਟ ਆ ਅਸੀਂ 3rd or 4th time ਦੇਖਣ ਆਏ ਫੁੱਲ ਇੰਜੋਏ ਕਰ ਰਹੇ ਹਾਂ ਮੈਮ ਤੁਸੀਂ ਵੀ ਆਓ ਇੰਜੋਏ ਕਰਨ ਕਦੇ ਕਦੇ ਤੁਹਾਨੂੰ ਟਾਈਮ ਮਿਲਦਾ ਸੋ ਟਾਈਮ ਕੱਢ ਕੇ ਜ਼ਰੂਰ ਆਓ ਮੈਨੂੰ ਦੇਖੋ ਤੁਸੀਂ ਮੈਨੂੰ ਇੱਥੇ ਬਹੁਤ ਵਧੀਆ ਲੱਗਾ ਕਿਉਂਕਿ ਮੈਂ ਫਸਟ ਟਾਈਮ ਮੈਂ ਪੰਜਾਬ ਦੀ ਨਹੀਂ ਆਊਟ ਆਫ ਪੰਜਾਬ ਹਾਂ ਤਾਂ ਮੈਂ ਪੰਜਾਬ 'ਚ ਪਹਿਲੀ ਵਾਰ ਮੇਲਾ ਦੇਖਿਆ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਅਸੀਂ ਤਾਂ ਬਹੁਤ ਇੰਜੋਏ ਕੀਤਾ ਇੱਥੇ ਆਉਣਾ ਸਭ ਨੂੰ ਚਾਹੀਦਾ ਉਹ ਚੰਡੋਲ ਲਿੱਤਾ ਬੜਾ ਸਾਨੂੰ ਮੈਰੀ ਗੋ ਰਾਊਂਡ ਲਿੱਤਾ ਬਹੁਤ ਮਜ਼ਾ ਆਇਆ ਉੱਪਰ ਜਾਂਦਾ ਵੈ ਸਾਰਾ ਵਿਊ ਦਿਖਦਾ ਪੂਰਾ ਸਰਹੰਦ ਦਿਖਦਾ ਮਤਲਬ ਬੰਦੇ ਨੂੰ ਆਉਣਾ ਚਾਹੀਦਾ ਵੈਸੇ ਰਾਤੀ ਆਵੇ ਨਾ ਬੰਦਾ ਤਾਂ ਪੂਰਾ ਵਿਊ ਲਾਈਟਿੰਗ ਦਿਖਦੀ ਹੈ ਮਤਲਬ ਅੱਜ ਵੀ ਅਸੀਂ ਆਏ ਹਾਂ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਸਾਰੇ ਆਓ ਵਧੀਆ ਲੱਗ ਰਿਹਾ ਜੀ
ਬਹੁਤ ਵਧੀਆ ਲੱਗ ਰਿਹਾ ਹੁਣ ਕਾਫੀ ਦੇਰ ਹੋ ਗਈ ਬੱਚੇ ਘਰੇ ਵੀ ਬੋਰ ਹੋ ਰਹੇ ਸੀ ਬਹੁਤ ਵਧੀਆ ਲੱਗਿਆ ਮੇਲਾ ਵੇਖ ਕੇ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਵਿਖਾਇਆ ਬਹੁਤ ਵਧੀਆ ਲੱਗਿਆ ਹਾਂਜੀ ਹਾਂਜੀ ਫੈਮਿਲੀ ਨਾਲ ਹਾਂਜੀ ਇਹ ਮੇਰਾ ਪੁੱਤਰ ਹੈ ਉਹਨੂੰ ਪੋਤਾ ਹੈ ਬਹੁਤ ਵਧੀਆ ਲੱਗ ਰਿਹਾ ਵੀ ਮੈਂ ਅੱਜ ਇੱਥੇ ਆਈ ਹਾਂ ਘੁੰਮਣ ਲਈ ਮੈਨੂੰ ਬਹੁਤ ਦਿਨ ਦਾ ਹੋ ਰਿਹਾ ਸੀ ਮੈਂ ਆਊਂਗੀ ਮੇਲੇ 'ਤੇ ਘੁੰਮਣ ਅਤੇ ਫਿਰ ਮੈਨੂੰ ਅੱਜ ਬਹੁਤ ਜ਼ਿਆਦਾ ਫੀਲ ਵਧੀਆ ਹੋ ਰਿਹਾ ਵੀ ਕਾਸ਼ ਮੈਂ ਅੱਜ ਆਈ ਹਾਂ ਇੱਥੇ ਮੈਨੂੰ ਤਾਂ ਬਹੁਤ ਵਧੀਆ ਫੀਲ ਹੋ ਰਿਹਾ ਬਟ ਡਰ ਵੀ ਬਹੁਤ ਲੱਗ ਰਿਹਾ ਝੂਲਿਆਂ 'ਚ ਬਹਿ ਕੇ ਉਹਨੂੰ ਪੁੱਛ ਲਓ ਆਹ ਵਾਲਾ ਝੂਟਾ ਤਾਂ ਠੀਕ ਸੀ ਉੱਧਰਲਾ ਝੂਟੇ 'ਚ ਥੋੜ੍ਹਾ ਜਿਹਾ ਡਰ ਲੱਗਿਆ ਬਾਕੀ ਸਾਰਾ ਤਾਂ ਵਧੀਆ ਫੁੱਲ ਇੰਜੋਏ ਕਰ ਰਹੇ ਆ ਤਾਂ ਅੱਛਾ ਲੱਗ ਰਿਹਾ ਸੁਣਿਆ ਤਾਂ ਸੀ ਕਿ ਹਾਂ ਇੱਥੇ ਮੇਲਾ ਲੱਗਾ ਪਰ ਅੱਜ ਫਸਟ ਟਾਈਮ ਆਏ ਹਾਂ ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਅੱਛਾ ਹੈਗਾ ਦੇਖਣ ਨੂੰ ਬਹੁਤ ਅੱਛਾ ਹੈਗਾ ਅਤੇ ਮਟੀਰੀਅਲ ਵਾਈਜ਼ ਵੀ ਬਹੁਤ ਅੱਛਾ ਹੈਗਾ ਅਤੇ ਕੁਆਲਿਟੀ ਵੀ ਪਰਫੈਕਟ ਹੈਗੀ ਹੈ ਹਾਂਜੀ ਨਿਊ ਲੁੱਕ ਹੈ ਅਤੇ ਡਿਜ਼ਾਇਨਸ ਬਹੁਤ ਅੱਛੇ ਨੇ ਵੈਸੇ ਵੀ ਕੰਫਰਟੇਬਲ ਲੱਗਦੇ ਆ ਦੇਖਣ ਨੂੰ ਬਹੁਤ ਰੇਟਸ ਵੀ ਬਿਲਕੁਲ ਰੀਜ਼ਨੇਬਲ ਹੈਗੇ ਆ ਲੋਕਲ ਹੀ ਹੈ ਅਸੀਂ ਸਰਹੰਦ ਤੋਂ ਆਪਣੀ ਬੁਟੀਕ ਹੈ ਕੈਨੇਡੀਅਨ ਕ੍ਰੀਏਸ਼ਨਸ ਸਰਹੰਦ ਫੀਲ ਕਰ ਰਹੇ ਬਹੁਤ ਵਧੀਆ ਲੱਗਿਆ ਜੀ ਹਾਂਜੀ 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 ਬਹੁਤ ਅੱਛਾ ਮੈਨੂੰ ਡਰ ਜਮਾਂ ਨਹੀਂ ਲੱਗਿਆ ਮੈਨੂੰ ਫੀਲ ਬਹੁਤ ਵਧੀਆ ਹੋ ਰਿਹਾ ਨਜ਼ਾਰਾ ਕੰਮ ਸਿਰੇ ਆ ਐਂਡ ਬਸ ਕਹਿ ਨਹੀਂ ਸਕਦੇ ਤੁਸੀਂ ਐਨ ਪੂਰਾ ਸੰਦੇ ਸਿਰੇ ਵਾਲਾ ਕੰਮ ਜੀ ਬਹੁਤ ਮਜ਼ਾ ਆਇਆ ਜੀ ਨਜ਼ਾਰਾ ਆਇਆ ਪੂਰਾ ਹਾਂਜੀ ਬਹੁਤ ਵਧੀਆ ਜੀ ਬਹੁਤ ਤਰ੍ਹਾਂ ਦੇ ਝੂਟੇ ਆ ਕਈ ਤਰ੍ਹਾਂ ਦੇ ਬੱਚਿਆਂ ਵਾਸਤੇ ਬਹੁਤ ਇੰਜੋਇਮੈਂਟ ਆ ਜੀ ਬਹੁਤ ਵਧੀਆ ਲੱਗ ਰਿਹਾ ਘੁੰਮ ਫਿਰ ਕੇ ਜੀ Thank you.